ਔਰ ਦੇਖੋ ਵਿਚਾਰੇ ਕਸ਼ਮੀਰੀਆਂ ਦੇ ਹਾਲ ਇੱਕ ਪਾਸੇ ਕਿਹਾ ਜਾਂਦਾ ਹੈ ਕਿ ਸਾਡੇ ਮੁਲਕ ਦਾ ਓ ਟੁੱਟ ਅੰਗ ਹੈ ਕਸ਼ਮੀਰ ਪਰ 90 95 ਲੱਖ ਬੰਦਾ ਅੱਜ ਤਾਰਿਆਂ ਨੂੰ ਡੂੜ ਸਾਲ ਹੋ ਗਿਆ ਅੰਦਰ ਖੁੱਲੀ ਜੇਲ ਬਣਿਆ ਹੋਇਆ ਕਸ਼ਮੀਰ ਕੋਈ ਨਟ ਦਾ ਪ੍ਰਬੰਧ ਨਹੀਂ ਕੋਈ ਪੜ੍ਹਾਈ ਦਾ ਨਹੀਂ ਕੋਈ ਸਿਹਤ ਦਾ ਪ੍ਰਬੰਧ ਨਹੀਂ ਕੋਈ ਡਾਕਟਰਾਂ ਦਾ ਪ੍ਰਬੰਧ ਨਹੀਂ ਜੇ ਕੋਈ ਬਜ਼ੁਰਗ ਬਿਮਾਰੀ ਨਾਲ ਮਰ ਰਿਹਾ ਤਾਂ ਮਰ ਰਿਹਾ ਹੈ ਕਿਸੇ ਔਰਤ ਕੋਲੇ ਬੱਚਾ ਹੋਣ ਵਾਲਾ ਹੈ ਤਾਂ ਉੱਥੇ ਕੋਈ ਦਵਾਈ ਦਾ ਕੋਈ ਹਸਪਤਾਲ ਦਾ ਪ੍ਰਬੰਧ ਨਹੀਂ ਹੈਗਾ ਹੋ ਸਕਦਾ ਵਿੱਚੇ ਵਿਚਾਰੀ ਜਿਹੜੀ ਜਨਾਨੀ ਆ ਦੇ ਬੱਚੇ ਬੱਚਾ ਉਹਦੇ ਪੇਟ ਦੇ ਵਿੱਚ ਮਰ ਜੇ ਕਿਉਂਕਿ ਜਿਹੜਾ মিডিਆ ਆਪਾਂ ਦੇਖ ਰਹੇ ਆ ਉਹ ਦਿਖਾ ਹੀ ਕੱਖ ਨਹੀਂ ਰਿਹਾ ਆ ਇਹ ਕਿੰਨਾਂ ਦਾ ਪੱਤਰਕਾਰ ਆ ਉਹ ਜਿਹੜਾ ਕਿੰਨਾਂ ਦੇ ਨਾਲ ਭੌਂਕਦਾ ਹੁੰਦਾ ਸੀ ਉਹ ਕਿਹੜਾ ਗੋਸ ਮਾਮੀ ਉਹ ਹੁਣ ਫੜ ਲਿਆ ਫੜਿਆ ਜਾਣਾ ਚਾਹੀਦਾ ਉਹਨੇ ਇੱਕ ਸਾਇਆ ਕਿਸੇ ਨੂੰ ਖੁਦਕੁਸ਼ੀ ਕਰਨ ਲਈ ਇੱਕ ਸੌਣਾ ਬਹੁਤ ਵੱਡਾ ਅਪਰਾਧ ਹੈ ਉਹ ਜੋ ਫੜਿਆ ਗਿਆ ਹੁਣ ਉਹਦੇ ਹੱਕ ਦੇ ਵਿੱਚ ਖੜੇ ਨੇ ਕਿ ਦੇਖੋ ਜੀ ਡੈਮੋਕ੍ਰੇਸੀ ਆ ਜੀ ਲੋਕਤੰਤਰ ਆ ਜੀ মিডিਆ ਲੋਕਤੰਤਰ ਦਾ ਚੌਥਾ ਖੰਭਾ ਜੀ ਇਹਦੇ ਹਮਲਾ ਹੋਇਆ ਜੀ ਪ੍ਰੈਸ ਤੇ ਪਰ ਤੁਸੀਂ ਦੇਖੋ ਜਦੋਂ ਹਾਥ ਰੱਖ ਦੇ ਵਿੱਚ ਘਟਨਾ ਵਾਪਰੀ ਹੈ ਨਾ ਜੁਪੀ ਦੇ ਵਿੱਚ ਇੱਕ ਦਲਤ ਬੱਚੀ ਨਾਲ ਬਲਾਤਕਾਰ ਕਰਕੇ ਉਹਦੀ ਰੀੜ ਦੀ ਹੱਡੀ ਕੱਟੀ ਗਈ ਜੀ ਵੱਢੀ ਗਈ ਰਾਤ ਨੂੰ ਉਹਨੂੰ ਸੰਸਕਾਰ ਕਰਨ ਨੂੰ ਫੂਕ ਦਿੱਤਾ ਗਿਆ ਕਿੱਥੇ ਉਹਨੂੰ ਸਾਥ ਮਿਲਿਆ ਉਹਦੀ ਕਵਰੇਜ ਕਰਨ ਲਈ ਤਿੰਨ ਪੱਤਰਕਾਰ ਗਏ ਸੀ ਤਿੰਨ ਪੱਤਰਕਾਰ ਦੀ ਕਵਰੇਜ ਕਰਨ ਲਈ ਪੂਰੀ ਖਬਰ ਦੀ ਖਬਰ ਬਣਾਉਣ ਦੀ ਸਾਰੇ ਘਟਨਾਾਂ ਦੀ ਤਿੰਨਾਂ ਪੱਤਰਕਾਰਾਂ ਦਾ ਯੂਏਪੀਏ ਲਾਇਆ ਗਿਆ ਦੇਖੋ ਹਾਲਾਤ ਦੇਖੋ ਕਹੇ ਜੇ ਹੋ ਰਹੇ ਨੇ ਮੁਲਕ ਦੇ ਯਾਰ ਬੋਲਣ ਦੀ ਯਾਦ ਹੀ ਹੈ ਨਹੀਂ ਸੋਨੂੰ ਜਿਹੜਾ ਬੰਦਾ ਜਿਸ ਲੋਕਾਂ ਨੂੰ ਜਗਾਉਂਦਾ ਹੈ ਅੱਜ 200 ਬੰਦਾ ਇਸ ਮੁਲਕ ਦਾ ਜਿੱਚ ਬੁੱਧੀਜੀਵੀ ਨੇ ਪ੍ਰੋਫੈਸਰ ਨੇ ਲਖਾਰੀ ਨੇ ਵਕੀਲ ਨੇ ਉਹਨਾਂ ਦੇ ਯੂਏਪੀਏ ਤੇ ਐਨਐਸਏ ਲੱਗਿਆ ਹੋਇਆ ਜੇਲਾਂ ਚ ਬੰਦਾ ਹੈ ਉਹ ਕੋਈ ਇੱਕਿਆ ਸੰਤਾਰੀ ਨਹੀਂ ਲਈ ਫਿਰਦੇ ਉਹ ਕੋ ਦੇਸ਼ ਨਹੀਂ ਤੋੜ ਰਹੇ ਉਹ ਸਿਰਫ ਆਪਣੇ ਲੋਕਾਂ ਨੂੰ ਜਗਾਉਂਦੇ ਨੇ ਜ਼ੁਲਮਾਂ ਦੇ ਖਿਲਾਫ ਜਗਾਉਂਦੇ ਆ ਬੋਲਣ ਦੀ ਇਜਾਦੀ ਪੰਜਾਬ ਚੋ ਵੀ ਖੋਈ ਜਾਣੀ ਆ ਯਾਦ ਰੱਖਿਓ ਆਉਣ ਵਾਲੇ ਸਮੇਂ ਦੇ ਬੱਚਾ ਜੋ ਹਾਲਾਤ ਕਸ਼ਮੀਰ ਦੇ ਬਣੇ ਨੇ ਐਦੂ ਮਾੜੇ ਹਾਲਾਤ ਨੇ ਪੰਜਾਬ ਦੇ ਬਣਾਉਣੇ ਆ ਇਹ ਗੱਲ ਯਾਦ ਰੱਖਿਓ ਮੇਰੀ ਮੈਂ 2 ਸਾਲ ਪਹਿਲਾਂ ਇਹ ਕਹਿੰਦਾ ਸੀ ਕਿ ਕਸ਼ਮੀਰ ਤੋਂ ਬਾਅਦ ਅਗਲਾ ਨੰਬਰ ਪੰਜਾਬ ਦਾ ਹੈ ਉਹ ਆ ਗਿਆ ਉਹ ਲੱਗਿਆ